ਸਸੀਗਾ ਜੀ, ਸਾਰਿਆਂ ਦਾ ਸਵਾਗਤ ਹੈ ਪ੍ਰੀਤਨਾਮਾ ਦੇ ਮੰਚ ਦੇ ਉੱਪਰ। ਹਾਸੇ ਸੀਰੀਜ਼ ਦੀ ਸ਼ੁਰੂਆਤ, ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਸੀਗਾ ਇੱਕ ਐਡਵਰਟਾਈਜ਼ਮੈਂਟ ਰਾਹੀਂ ਕਿ ਹਾਸੇ ਵਿੱਚ ਅਸੀਂ ਕੁਝ ਇਸ ਤਰ੍ਹਾਂ ਦੀ ਸ਼ਖਸੀਅਤਾਂ ਨੂੰ ਮਿਲਾਂਗੇ ਜਿਨ੍ਹਾਂ ਨੂੰ ਕੁਝ ਖਾਸ ਅਨੁਭਵ ਹੋਏ ਆ ਤੇ ਉਹਨਾਂ ਨੂੰ ਲੱਗੇ ਕਿ ਇਹ ਇੱਕ ਚਮਤਕਾਰ ਹੈ, ਜਾਂ ਕਹਿ ਲਓ ਕਿ ਇੱਕ ਅਜਿਹਾ ਵਾਕਿਆ ਜਿਹਦਾ ਤੇ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਕਿੱਦਾਂ ਹੋ ਗਿਆ। ਤੇ ਅੱਜ ਸਾਡੇ ਨਾਲ ਇਸ ਸੀਰੀਜ਼ ਦੇ ਵਿੱਚ ਜੁੜੇ ਹਨ ਵੀਰ ਲੱਖਾ ਸਿੰਘ ਜੀ, ਲਖਵਿੰਦਰ ਸਿੰਘ ਲੱਖਾ ਜੀ, ਜੋ ਇੱਕ ਗੁਰੂ ਘਰ ਦੇ ਬਹੁਤ ਵਧੀਆ ਕੀਰਤਨੀ ਨੇ ਤੇ ਅੱਛੇ ਬਹੁਤ ਅੱਛੇ ਰਾਈਟਰ ਵੀ ਨੇ ਤੇ ਇਸ ਸਮੇਂ ਸਾਊਥ ਅਫਰੀਕਾ ਦੇ ਵਿੱਚ ਹਨ। ਲੋਕਡਾਊਨ ਕਰਕੇ ਇਹ ਉੱਥੇ ਹੀ ਹਜੇ ਫਸੇ ਹੋਏ ਹਨ। ਸੋ ਅਸੀਂ ਇਹਨਾਂ ਦੇ ਇਹਨਾਂ ਰਾਹੀਂ ਜਾਣਾਂਗੇ ਕਿ ਇਹਨਾਂ ਨੂੰ ਕੀ ਅਨੁਭਵ ਹੋਇਆ। ਸੋ ਲੱਖਾ ਸਿੰਘ ਜੀ, ਸਵਾਗਤ ਹੈ ਤੁਹਾਡਾ ਇਸ ਸ਼ੋਅ ਦੇ ਵਿੱਚ ਤੇ ਸਾਨੂੰ ਆਪਣੇ ਅਨੁਭਵ ਬਾਰੇ ਕੁਛ ਦੱਸੋ। ਪ੍ਰਤਪਾਲ ਕੌਰ ਪ੍ਰੀਤ ਜੀ, ਤੁਹਾਨੂੰ ਔਰ ਸਾਰੇ ਪ੍ਰੀਤਨਾਮਾਂ ਦੇ ਸੁਣ ਰਹੇ ਦਰਸ਼ਕਾਂ ਨੂੰ ਦਸ ਵੱਲੋਂ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਦੁਨੀਆਂ ਦੇ ਉੱਤੇ ਮਾਲਕ ਦੀ ਹੋਂਦ, ਪ੍ਰਕਿਰਤੀ ਨੂੰ, ਬ੍ਰਹਿਮੰਡ ਨੂੰ ਚਲਾਉਣ ਵਾਲਾ ਇੱਕ ਪਰਮਾਤਮਾ ਹੈ ਜੋ ਅਨੁਭਵ ਕੀਤਾ ਜਾਂਦਾ ਹੈ। ਅਨੁਭਵ ਤਦ ਹੁੰਦਾ ਹੈ ਜੇ ਅੰਦਰ ਸਾਡੇ ਸ਼ਰਧਾ ਭਾਵਨਾ ਸੱਚੀ ਹੈ, ਸ਼ਰਧਾ ਭਾਵਨਾ ਦੀਆਂ ਗੱਲਾਂ, ਨਹੀਂ ਤਾਂ ਰੱਬ ਸਾਡੇ ਅੰਦਰ ਹੈ। ਅੰਗ ਸੰਗ ਕਹਿੰਦੇ ਹਾਂ ਅਸੀਂ, ਪੱਤੇ ਪੱਤੇ ਦੇ ਵਿੱਚ, ਜਰੇ ਜਰੇ ਦੇ ਵਿੱਚ, ਕਣ ਕਣ ਦੇ ਵਿੱਚ ਕਹਿੰਦੇ ਹਾਂ। ਜੇ ਅਸੀਂ ਕਹਿੰਦੇ ਹਾਂ ਵੀ ਕਣ ਕਣ ਦੇ ਵਿੱਚ ਹੈ, ਜਰੇ ਜਰੇ 'ਚ ਹੈ, ਤੇ ਫਿਰ ਸਾਡੇ ਮਨ ਦੇ ਵਿੱਚ ਵੀ ਹੈ, ਤਨ ਦੇ ਵਿੱਚ ਵੀ ਹੈ, ਸਾਡੇ ਨੇਤਰਾਂ ਤੇ ਹੈ, ਸਾਰੇ ਥਾਂ ਤੇ ਹੈ। ਪਰ ਮਾਲਕ ਦੀ ਹੋਂਦ ਕਈ ਵਾਰੀ ਬੰਦਾ ਭੁੱਲ ਜਾਂਦਾ ਹੈ, ਔਰ ਕਈ ਐਸੇ ਹੈਪਨ ਹੁੰਦੇ ਹੈ, ਮਰਾਕਲ ਹੁੰਦੇ ਹੈ ਵੀ ਉਹ ਮਾਲਕ ਦੀ ਹੋਂਦ ਬੰਦੇ ਨੂੰ, ਇਨਸਾਨ ਨੂੰ ਯਾਦ ਆਉਂਦੀ ਹੈ। ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਮਾਲਕ ਨੂੰ ਭੁੱਲ ਜਾਂਦੇ ਹੈ। ਲੇਕਿਨ ਮੈਂ ਆਪਣੇ ਬਾਰੇ ਚ ਦੱਸਦਿਆਂ ਕਿ ਮੈਂ ਬਚਪਨ ਤੋਂ ਸ਼ਰਧਾ ਭਾਵਨਾ ਦੇ ਨਾਲ, ਮਾਇਆ ਦੇ ਖਾਤਰ ਨਹੀਂ, ਮੈਂ ਇਸ ਲਾਈਨ ਦੇ ਵਿੱਚ ਆਇਆ ਸੀ, ਕੀਰਤਨ ਕਰਨ ਲੱਗਿਆ। ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਉੱਤੇ ਬਹੁਤ ਬਚਪਨ ਤੋਂ ਸ਼ਰਧਾ ਭਾਵਨਾ, ਇਸ ਕਰਕੇ ਕੀਰਤਨ ਦੀ ਲਾਈਨ ਚ ਪੈ ਗਏ। ਔਰ ਮਾਲਕ ਨੇ ਬਹੁਤ ਬੁਲੰਦੀਆਂ ਬਖਸ਼ਿਸ਼ ਕੀਤੀਆਂ ਦੁਨੀਆਂ ਦੇ ਉੱਤੇ, ਵਰਲਡ ਦੇ ਉੱਤੇ ਮਾਲਕ ਨੇ ਕਿਰਪਾ ਕੀਤੀ ਕਿ ਇਸ ਨਾ ਚੀਜ਼ ਇਨਸਾਨ ਦਾ ਨਾਂ ਬੱਚੇ ਬੱਚੇ ਦੀ ਜ਼ੁਬਾਨ ਤੇ, ਚਾਹੇ ਲੇਖਕ ਤੌਰ ਤੇ ਕਹਿ ਲਓ, ਚਾਹੇ ਰਾਗੀ ਤੌਰ ਤੇ ਕਹਿ ਲਓ, ਚਾਹੇ ਭਲੇ ਕਰਮਾਂ ਦੇ ਕੰਮਾਂ ਦੇ ਵਾਸਤੇ ਕਹਿ ਲਓ। ਇੱਥੇ ਪੈ ਜੀ, ਮੈਂ ਕਿੰਨੀਆਂ ਗੁਰਦੁਆਰੇ ਮਕੁੰਡੋ ਸੀ, ਗੁਰਦੁਆਰਾ ਮਕੁੰਡੋ ਬਹੁਤ ਆਲੀਸ਼ਾਨ ਗੁਰਦੁਆਰਾ ਹੈ ਇੰਡੀਆ ਦਾ, ਅਫਰੀਕਾ ਦਾ। ਔਰ ਜਿੱਥੇ ਇਤਿਹਾਸ ਹੈ ਕਿ ਦਸਵੇਂ ਪਾਤਸ਼ਾਹ ਨੇ ਕਿਸੇ ਗਵਾਲੋ ਨਾਂ ਦੇ ਕਾਲੇ ਨੂੰ ਸਾਕਸ਼ਾਤ ਦਰਸ਼ਨ ਦਿੱਤੇ ਸੀ। ਮੈਂ ਵੀ ਹਿਸਟਰੀ ਲਿਖ ਰਿਹਾ ਤੇ ਉੱਥੋਂ ਲੋਕਡਾਊਨ ਤੋਂ ਕੁਝ ਦਿਨ ਪਹਿਲਾਂ ਮੈਂ ਇੱਧਰ ਆ ਗਿਆ ਆਪਣੇ ਸਿੱਧਰਾਂ ਮਿੱਤਰਾਂ ਨੂੰ ਮਿਲਣ ਵਾਸਤੇ। ਇੱਥੇ ਉਹਨੇ ਚਲੋ ਨਾਲ ਲੋਕਡਾਊਨ ਹੋ ਗਿਆ, ਲੋਕਡਾਊਨ ਦੇ ਵਿੱਚ ਮੈਂ ਇੱਥੇ ਫਸ ਕੇ ਰਹਿ ਗਿਆ। ਭਾਣਾ ਰੱਬ ਦਾ ਕਿ 25 ਅਪ੍ਰੈਲ ਨੂੰ ਰਾਤ ਨੂੰ ਅਸੀਂ ਕੁਝ ਕੋਟਕਾਰ ਕਰਦੇ, ਗਿਆਨੀ ਜੀ ਕੁਲਦੀਪ ਸਿੰਘ ਨੇ ਇੱਥੇ, ਜਿਹੜੇ ਗੁਰੂ ਘਰ ਦੇ ਵਜ਼ੀਰ ਨੇ, ਅਸੀਂ ਕੋਈ ਰਿਕਾਰਡਿੰਗ ਕਰ ਰਹੇ ਸੀਗੇ ਨਵੇਂ ਗੀਤ ਦੀ। ਇਹਨਾਂ ਨੇ ਗੀਤ ਰਿਕਾਰਡ ਕੀਤਾ ਸੀ, ਮੇਰਾ ਲਿਖਿਆ, ਤੇ ਉਹ ਰਿਕਾਰਡ ਕਰਕੇ ਅਸੀਂ ਸੌਂ ਗਏ। ਮੈਂ ਦਰਵਾਜ਼ਾ ਬੰਦਰਾ ਕੀਤਾ ਤੇ ਸੌਂ ਗਏ, ਤੇ ਜਦੋਂ 3:15-3 ਵਜੇ ਮੇਰੀ ਜਾਗ ਖੁੱਲੀ, ਮੈਂ ਆਸੇ ਪਾਸੇ ਦੇਖਿਆ ਤੇ ਮੇਰਾ ਸਮਾਨ ਹੈ ਨਾ, ਸਮਾਨ ਹੈ ਨਾ, ਤੇ ਇਕਦਮ ਝਟਕਾ ਲੱਗਿਆ। ਮੈਂ ਦਬਦਾ ਉੱਠ ਕੇ ਇਹਨਾਂ ਨੂੰ, ਭਾਈ ਸਾਹਿਬ ਨੂੰ ਆਵਾਜ਼ ਮਾਰੀ, ਭਾਈ ਸਾਹਿਬ ਮੈਂ ਖਾਈ ਤੱਕ ਮੇਰਾ ਸਮਾਨ, ਤੇ ਇਹਨਾਂ ਨੇ ਕਿਹਾ ਵੀ ਉਹ ਤਾਂ ਫਿਰ ਹੈਪਨ ਹੋ ਗਿਆ, ਵੀ ਤਾਂ ਚੋਰ ਲੈ ਗਏ ਇੱਥੇ, ਮਕੂਰਾ ਕਹਿੰਦੇ ਮਕੂਰਾ। ਤੇ ਇਕਦਮ ਝਟਕਾ ਜਾ ਲੱਗਿਆ, ਐਡੇ ਐਡੇ ਹੈਪਨ ਜ਼ਿੰਦਗੀ ਨਾਲ ਹੋਏ, ਲੇਕਿਨ ਕਦੇ ਪਰਵਾਹ ਨਹੀਂ। ਲੇਕਿਨ ਇਸ ਟਾਈਮ ਤੇ ਕਹਿੰਦੇ
ਤੁਸੀਂ ਜਾਣਦੇ ਹੋ ਕਿ ਪਾਸਪੋਰਟ ਬੰਦੇ ਦਾ ਚਲੇ ਜਾਣਾ ਔਰ ਉਹ ਵੀ ਬਾਹਰ ਵਿਦੇਸ਼ਾਂ ਦੇ ਵਿੱਚ ਬੰਦਾ ਬੈਠਾ ਤੇ ਬੜਾ ਸੋਚਿਆ ਹੋਇਆ ਇਸ਼ਨਾਨ ਪਾਣੀ ਕੀਤਾ ਤੇ ਅਸੀਂ ਜਾ ਕੇ ਮਾਲਕ ਦੇ ਨਤਮਸਤਕ ਹੋ ਗਏ ਗੁਰੂ ਮਹਾਰਾਜ ਦੇ ਗ੍ਰੰਥ ਸਾਹਿਬ ਜੀ ਦੇ ਅੱਗੇ ਪ੍ਰਕਾਸ਼ ਇਹਨਾਂ ਨੇ ਭਾਈ ਕੀਤਾ ਸੀਗਾ ਤੇ ਜਾ ਕੇ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਦੋਨੇ ਹੱਥ ਜੋੜ ਕੇ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੋ ਵੀ ਇਹ ਹੈਪਨ ਹੋਇਆ ਤੁਹਾਨੂੰ ਪਤਾ ਵੀ ਚੰਗਾ ਹੋਇਆ ਜਾਂ ਮਾੜਾ ਹੋਇਆ ਅਸੀਂ ਨਹੀਂ ਜਾਣਦੇ ਲੇਕਿਨ ਸਾਨੂੰ ਇੱਕ ਚੀਜ਼ ਚਾਹੀਦੀ ਹੈ ਬੇਨਤੀ ਹੈ ਦਿਲੋਂ ਕਿ ਸਾਡਾ ਜਿਹੜਾ ਪਾਸਪੋਰਟ ਗਿਆ ਵਾ ਉਹ ਪਾਸਪੋਰਟ ਸਾਡਾ ਜਿਵੇਂ ਮਰਜ਼ੀ ਹੈ ਤੂੰ ਸਭ ਕੁਛ ਕਰ ਸਕਦਾ ਕੀ ਨਹੀਂ ਕਰ ਸਕਦਾ ਤੂੰ ਬ੍ਰਹਿਮੰਡ ਨੂੰ ਉਲਟਾ ਕਰ ਸਕਦਾ ਜੋ ਕੁਛ ਵੀ ਨਹੀਂ ਨਾਮੁਮਕਿਨ ਹੈ ਉਹ ਤੂੰ ਕਰ ਸਕਦਾ ਵੀ ਲੇਕਿਨ ਇਹ ਵੀ ਤੂੰ ਕਿਰਪਾ ਕਰ ਵੀ ਉਹ ਜਿਹੜਾ ਜੋ ਵੀ ਚੋਰ ਸੀ ਜੋ ਕੁਛ ਸਮਾਨ ਲੈ ਕੇ ਗਿਆ ਉਹਦੇ ਮਨ ਦੇ ਵਿੱਚ ਕੁਛ ਪਾ ਰਿਹਾ ਸੀਗਾ ਵੀ ਜਿਹੜਾ ਆਪਣੇ ਆਪ ਪਾਸਪੋਰਟ ਉਹ ਸਾਡਾ ਦੇ ਕੇ ਜਾਵੇ ਸ਼ਰਧਾ ਭਾਵਨਾ ਨਾਲ ਪੈਂਜੀ ਅਰਦਾਸ ਕੀਤੀ ਇੱਥੇ ਮੈਂ ਇਹੀ ਮਰਾਕਲ ਦੀ ਗੱਲ ਕਰ ਰਿਹਾ ਕਿ ਬਹੁਤ ਵੱਡਾ ਹੈਪਨ ਹੋਇਆ ਇਹ ਬਹੁਤ ਵੱਡਾ ਇਹ ਕ੍ਰਿਸ਼ਮਾ ਹੋਇਆ ਮੇਰੇ ਨਾਲ ਕਿਉਂਕਿ ਮੈਂ ਗੱਲ ਦੱਸ ਦੇਣਾ ਚਾਹੁੰਦਾ ਸਾਰੇ ਜਿਤਨੇ ਵੀ ਆਪਣੇ ਆਪ ਜੁੜੇ ਹੋ ਸੁਣ ਰਹੇ ਹੋ ਕਿ ਅਰਦਾਸ ਦੇ ਵਿੱਚ ਬਹੁਤ ਵੱਡੀ ਪਾਵਰ ਹੈ ਇੰਨੀ ਵੱਡੀ ਪਾਵਰ ਹੈ ਤਾਕਤ ਹੈ ਅਰਦਾਸ ਦੇ ਵਿੱਚ ਜੇ ਕਿਤੇ ਸ਼ਰਧਾ ਭਾਵਨਾ ਨਾਲ ਸੱਚੇ ਦਿਲ ਹੋ ਜਾਵੇ ਤੇ ਹੁਣ ਇਹ ਮੈਂ ਨਹੀਂ ਕਹਿ ਰਿਹਾ ਕਿ ਮੈਂ ਅਰਦਾਸ ਕੀਤੀ ਭਾਈ ਸਾਹਿਬ ਨੇ ਅਰਦਾਸ ਕੀਤੀ ਉਸ ਦਿਨ ਤੇ ਇਹਨਾਂ ਦੀ ਅਰਦਾਸ ਤੇ ਮਾਲਕ ਨੇ ਫੁੱਲ ਚੜਾਏ ਕਿਰਪਾ ਕੀਤੀ 25 ਤਰੀਕ ਨੂੰ ਇਹ ਅਰਦਾਸ ਕਰਕੇ ਉਸ ਤੋਂ ਬਾਅਦ ਅਸੀਂ ਸ਼ਾਮ ਸਵੇਰੇ ਬਸ ਇਸ ਕਰਕੇ ਇੱਕ ਅਰਦਾਸ ਕੀਤੀ ਹੈ ਦੇਖਣਾ ਸੀ ਇੱਧਰ ਵੀ ਬਾਹਰਲੇ ਪਾਸੇ ਨਿਗਾਹ ਮਾਰ ਲੈਣੀ ਪਿਛਲੇ ਪਾਸੇ ਜਿਹੜੇ ਪਾਸੇ ਮੇਰਾ ਕਮਰਾ ਸੀਗਾ ਉੱਥੇ ਹੈਪਨ ਹੋਇਆ ਉੱਧਰਲੇ ਪਾਸੇ ਦੇਖ ਲੈਣਾ ਸਵੇਰੇ ਸ਼ਾਮ ਦੇਖਣਾ ਸੀ ਵੀ ਸ਼ਾਇਦ ਮਾਲਕ ਨੇ ਅਰਦਾਸ ਕੀਤੀ ਹੋਈ ਹੈ ਕੁਛ ਛਿੱਟ ਕੇ ਜਾਊਗਾ ਤੇ ਉਹੀ ਗੱਲ ਹੋਈ ਭੈਣ ਜੀ ਤੇ ਮੈਂ ਅੰਦਰ ਸੋਚ ਰਹੇ ਸੀ ਉਹੀ ਹੈਪਨ ਹੋਇਆ ਕਿ 14 ਤਰੀਕ ਨੂੰ ਸੰਗਰਾਂਦ ਸੀ ਜੇਠ ਦੀ ਤੇ ਸ਼ਾਮ ਨੂੰ ਅਸੀਂ 13 ਤਰੀਕ ਨੂੰ ਪਲੈਨ ਬਣਾਈ ਵੀ ਭਾਜੀ ਨੂੰ ਮੈਂ ਕਿਹਾ ਮੈਂ ਤੁਸੀਂ ਪ੍ਰਕਾਸ਼ ਕਰ ਲਿਓ ਮੈਂ ਉੱਠ ਕੇ ਜਿਤਨੇ ਮੈਂ ਕਰਾਂਗਾ ਤੇ ਉਸ ਤੋਂ ਬਾਅਦ ਆਪਾਂ ਦੋਨੇ ਪਰਾਂ ਕੀਰਤਨ ਕਰਕੇ ਤੇ ਸੰਗਤਾਂ ਜੁਗੀ ਸ਼ਬਦ ਪੜ੍ਹ ਕੇ ਸਮਾਪਤ ਕਰ ਲਾਂਗੇ ਸੰਗਰਾਂਦ ਦਾ ਮਹੀਨਾ ਪੜ੍ਹ ਲਾਂਗੇ ਇਹਨਾਂ ਨੇ ਉਮੀਦ ਕੀਤਾ ਪ੍ਰਕਾਸ਼ ਕਰਕੇ ਇਹ ਤੇ ਮੈਂ ਪ੍ਰਕਾਸ਼ ਕਰਕੇ ਇਹਨਾਂ ਨੇ ਬਾਹਰ ਨਿਕਲ ਕੇ ਮੈਂ ਅੰਦਰ ਨਿਤਨੇਮ ਕਰਨ ਲੱਗ ਗਿਆ ਨਿਤਨੇਮ ਕਰਕੇ ਇਹਨਾਂ ਨੇ ਬਾਹਰ ਦੇ ਦਰਵਾਜ਼ੇ ਖੋਲ੍ਹੇ ਜਦੋਂ ਮੈਂ ਨਿਤਨੇਮ ਕਰ ਚੁੱਕਿਆ ਸੀਗਾ ਜਦੋਂ ਬਾਹਰ ਦੇ ਦਰਵਾਜ਼ੇ ਖੋਲ੍ਹੇ ਤੇ ਸਾਹਮਣੇ ਪਾਸਪੋਰਟ ਪਿਆ ਥੱਲੇ ਫਰਸ਼ ਹੈ ਤੇ ਇਹਨੇ ਇਹ ਨਿਗਾਹ ਪਈ ਇਹਨਾਂ ਨਾਲ ਭੱਜ ਕੇ ਚੁੱਕਿਆ ਤੇ ਇੱਕਦਮ ਜਿਵੇਂ ਉਹ ਹੋ ਗਏ ਸੁਣ ਜੇ ਵੀ ਪਾਸਪੋਰਟ ਆ ਗਿਆ ਪਾਸਪੋਰਟ ਆ ਗਿਆ ਤੇ ਉੱਥੇ ਹੀ ਬਾਜਾਂ ਮਾਰੀਆਂ ਦਵਾ ਦਾ ਭਾਈ ਸਾਹਿਬ ਪਾਸਪੋਰਟ ਆ ਗਿਆ ਪਾਸਪੋਰਟ ਤੇ ਮੈਂ ਕੁਦਰਤੀ ਪੰਜਾਂ ਬਾਣੀਆਂ ਦਾ ਨਿਤਨੇਮਾ ਕਰ ਲਿਆ ਸੀਗਾ ਤੇ ਪੜ੍ਹਨ ਲੱਗਾ ਸੀ ਤੇ ਆਪਣੇ ਉਸ ਟਾਈਮ ਪਰ ਆਪਣੇ ਮੈਨੂੰ ਆਵਾਜ਼ ਸੁਣੀ ਤੇ ਅਸੀਂ ਉੱਥੇ ਦਵਾ ਦਾ ਪਾਸਪੋਰਟ ਉਹਨੇ ਮੈਨੂੰ ਫੜਾਇਆ ਦੇਖਿਆ ਪਾਸਪੋਰਟ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਚਰਨਾਂ 'ਚ ਰੱਖ ਕੇ ਸੀ ਤੇ ਕਾਫੀ ਮਨ ਜਿਹਾ ਭਰ ਗਿਆ ਉਸ ਟਾਈਮ ਵੀ ਵੀ ਮਾਲਕ ਤੂੰ ਨੇੜੇ ਹੋ ਕੇ ਸੁਣਦਾ ਜੇ ਕੋਈ ਬੇਨਤੀ ਕਰਨ ਵਾਲਾ ਹੋ ਗਿਆ ਤੇ ਸਮਝੋ ਵੀ ਅਰਦਾਸ ਬੇਨਤੀ ਕੀਤੀ ਅਸੀਂ ਫਿਰ ਦੁਬਾਰਾ ਤੇਰਾ ਕੋਟ ਕੋਟ ਸ਼ੁਕਰਾਨਾ ਦੇਖੋ ਬਹੁਤ ਹੋਰ ਵੀ ਪੈਸੇ ਵੀ ਕਾਫੀ ਗਏ ਸੀਗੇ ਉਹ ਕਈ ਕੁਛ ਗਿਆ ਸੀਗਾ ਲੇਕਿਨ ਮੈਂ ਕੋਈ ਚੀਜ਼ ਦਾ ਜ਼ਿਕਰ ਨਹੀਂ ਕੀਤਾ ਮਾਲਕ ਨੂੰ ਇੱਕੋ ਅਰਦਾਸ ਕੀਤੀ ਸੱਚੇ ਪਾਤਸ਼ਾਹ ਸਾਨੂੰ ਪਾਸਪੋਰਟ ਚਾਹੀਦਾ ਵੀ ਇਹ ਤੋਂ ਬਿਨਾਂ ਮੈਨੂੰ ਬਹੁਤ ਔਖਾ ਹੋਏਗਾ ਤੇ ਉਹ ਮੈਂ ਫਿਰ ਜਾ ਕੇ ਹੀ ਸ਼ੁਕਰਾਨਾ ਕੀਤਾ ਸੱਚੇ ਪਾਤਸ਼ਾਹ ਦਾ ਕਿਉਂਕਿ ਤੈਨੂੰ ਪਾਸਪੋਰਟ ਚੋਰੀ ਹੋਇਆ ਸੀਗਾ ਤੇ ਉਦੋਂ ਫਿਰ ਪੁਲਿਸ ਰਿਪੋਰਟ ਵੀ ਹੁੰਦੀ ਹੈ ਤੁਹਾਨੂੰ ਪਤਾ ਦੁਬਾਰਾ ਬਣਾਉਣ ਵਾਸਤੇ ਉਹ ਪੁਲਿਸ ਰਿਪੋਰਟ ਵੀ ਕਿੱਥੋਂ ਕੇਨੀਆਂ ਜਾਣਾ ਪੈਣਾ ਸੀਗਾ ਕਿਉਂਕਿ ਬਾਰਡਰ ਤੋਂ ਪਾਸਪੋਰਟ ਤੋਂ ਬਿਨਾਂ ਟੱਪਣਾ ਪੈਣਾ ਸੀਗਾ ਤੇ ਕੇਨੀਆਂ ਜਾ ਕੇ ਫਿਰ ਉਹ ਮੈਨੂੰ ਪਾਸਪੋਰਟ ਬਣਾਉਣ ਪੈਣਾ ਸੀ ਇਮੀਗ੍ਰੇਸ਼ਨ ਦੇ ਆਪਣੇ ਉਹਨਾਂ ਨੂੰ ਮੈਂ ਕਮਿਸ਼ਨ ਨੂੰ ਟੈਲੀਫੋਨ ਵੀ ਕਰਤਾ ਸੀਗਾ ਵੀ ਇੱਦਾਂ ਕਰਕੇ ਪੈਸਾ ਵੀ ਆਹ ਹੋ ਗਿਆ ਰਿਪੋਰਟ ਵੀ ਪੁਲਿਸ ਦੀ ਹੋ ਗਈ ਸੀਗੀ ਫਿਰ ਉਹਨਾਂ ਨੂੰ ਜਦੋਂ ਅਸੀਂ ਸਾਡਾ ਹੈਪਨ ਹੋਇਆ ਪਹਿਲਾਂ ਅਸੀਂ ਕਮੇਟੀ ਵਾਲਿਆਂ ਨੂੰ ਫੋਨ ਕੀਤਾ ਵੀ ਇੱਦਾਂ ਕਰਕੇ ਪੈਸੇ ਵੀ ਮਾਲਕ ਨੇ ਕਿਰਪਾ ਕੀਤੀ ਹੈ ਵੀ ਜਿਹੜੀ ਅਰਦਾਸ ਯਾਨੀ ਜਿਹਨੇ ਅਰਦਾਸ ਕੀਤੀ ਸੀ ਗੁਰਦਾਸ ਦੇ ਵਿੱਚ ਬਹੁਤ ਪਾਵਰ ਅਰਦਾਸ ਮਾਲਕ ਨੇ ਸੁਣੀ ਸਾਡੇ ਨੇੜੇ ਹੋ ਕੇ ਤੇ ਸਾਡਾ ਇਹ ਜਿਹੜਾ ਪਾਸਪੋਰਟ ਦਿੱਤਾ ਸਾਡੇ ਵਾਸਤੇ ਮੇਰੇ ਵਾਸਤੇ ਬਹੁਤ ਵੱਡਾ ਇੱਕ ਕ੍ਰਿਸ਼ਮਾ ਹੋਇਆ ਭੈਣ ਜੀ ਇਹ ਉਸ ਤੋਂ ਬਾਅਦ ਫਿਰ ਸਾਰੇ ਕਮਿਸ਼ਨਰ ਨੂੰ ਵੀ ਦੱਸਤਾ ਵੀ ਇੱਦਾਂ ਕਰਕੇ ਸਾਡਾ ਜਿਹੜਾ ਪਾਸਪੋਰਟ ਮਿਲ ਗਿਆ ਸਾਨੂੰ ਸਾਰਿਆਂ ਨੇ ਬਹੁਤ ਮਤਲਬ ਖੁਸ਼ੀ ਮਹਿਸੂਸ ਕੀਤੀ ਤੇ ਮਹਿਸੂਸ ਕੀਤਾ ਉਹਨਾਂ ਨੇ ਹਾਂ ਵੀ ਇੱਦਾਂ ਕਰਕੇ ਤੇ ਭਾਈ ਸਾਹਿਬ ਕਹਿੰਦੇ ਵੀ ਕੀ ਮਹਿਸੂਸ ਕਰਦਾ ਮੈਂ ਕਿਹਾ ਮੈਂ ਤਾਂ ਇੱਕ ਮਹਿਸੂਸ ਕਰਦਾ ਗੱਲ ਵੀ ਇਹ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੀ ਬੈਠ ਕੇ ਅਰਦਾਸ ਕੀਤੀ ਸੀਗੀ ਹੱਥ ਜੋੜ ਕੇ ਨਤਮਸਤਕ ਹੋ ਕੇ ਵੀ ਸਾਡੀ ਅਰਦਾਸ ਦੇ ਵਿੱਚ ਬਹੁਤ ਪਾਵਰ ਹੈ ਸਾਡੀ ਕੋਈ ਐਸੀ ਕਰਨੀ ਨਹੀਂ ਹੈ ਵੀ ਜਿਹੜਾ ਸਾਡੇ ਕਾਰਨ ਕੋਈ ਪਾਸਪੋਰਟ ਸਾਨੂੰ ਮਿਲ ਜਾਂਦਾ ਜਿਵੇਂ ਕਹਿੰਦੇ ਖੂਹ ਦੇ ਵਿੱਚ ਇੱਟ ਡਿੱਗੀ ਸੁੱਕੀ ਨਹੀਂ ਆਉਂਦੀ
ਛੇਤੀ ਕਿਤੇ ਤਾਂ ਆਉਂਦੀ ਨਹੀਂ ਆ, ਕਿਉਂਕਿ ਜੇ ਕੋਈ ਕੱਢੂਗਾ ਤਾਂ ਫਿਰ ਹੀ ਗਿੱਲੀ ਕੱਢੂ ਚਾਹੇ ਸੁੱਕੀ ਕੱਢੂ, ਲੇਕਿਨ ਇਹ ਉਹ ਗੱਲ ਸੀ ਖੁਦ ਇੱਟ ਵਾਲੀ ਗੱਲ ਸੀਗੀ ਵੀ ਉੱਥੋਂ ਨਹੀਂ ਮੁੜ ਸਕਦਾ ਸੀ ਕਿਸੇ ਤਰੀਕੇ ਨਾਲ ਵੀ। ਕਿਤੇ ਮਾਲਕ ਦਾ ਕ੍ਰਿਸ਼ਮਾ, ਮਾਲਕ ਨੇ ਅਰਦਾਸ ਲਈ ਅਤੇ ਸਾਡੀ ਅਰਦਾਸ ਸੁਣ ਕੇ ਇਹ ਬਹੁਤ ਵੱਡਾ ਕ੍ਰਿਸ਼ਮਾ। ਜਿਹੜਾ ਹੋਰ ਵੀ ਬੜੇ ਵੱਡੇ ਹੈਪਨ ਹੋਇਆ ਮੇਰੇ ਨਾਲ, ਲੇਕਿਨ ਇਹ ਜਿਹੜਾ ਹੈਪਨ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਜਿਹੜਾ ਇਹ ਕ੍ਰਿਸ਼ਮਾ ਹੋਇਆ, ਜਿਹਨੂੰ ਮੈਂ ਕਹਿ ਸਕਦਾ ਕਿ ਕ੍ਰਿਸ਼ਮਾ ਹੋਇਆ ਮਾਲਕ ਦੀ ਕੁਦਰਤ ਦੀ ਹੋਂਦ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ। ਕਿਉਂਕਿ ਮਾਲਕ ਕਈ ਨਾਸਤਕ ਲੋਕ ਕਹਿ ਦਿੰਦੇ ਆ ਵੀ ਰੱਬ ਕਿੱਥੇ ਆ, ਆ ਜਿਹੜੇ ਖਾਣ ਪੀਣ ਵਾਲੇ ਵੀ ਐਰਾ ਵਗੈਰਾ ਹੁੰਦੇ ਆ ਜਿਹੜੇ, ਕਿਉਂਕਿ ਅਸੀਂ ਗੁਰੂ ਘਰ ਦੇ ਵਿੱਚ ਰਹਿਣ ਵਾਲੇ ਹਾਂ, ਗੁਰੂ ਦੇ ਉੱਤੇ ਸ਼ਰਧਾ, ਗੁਰੂ ਦੇ ਉੱਤੇ ਵਿਸ਼ਵਾਸ ਰੱਖ ਕੇ ਚੱਲ ਰਹੇ ਹਾਂ ਤੇ ਮਾਲਕ ਨੇੜੇ ਹੋ ਕੇ ਸੁਣਦਾ। ਬਿਲਕੁਲ ਵੀਰ ਜੀ, ਬਿਲਕੁਲ ਵੀਰ ਜੀ, ਮੈਂ ਸਹਿਮਤ ਹਾਂ ਤੁਹਾਡੇ ਨਾਲ ਕਿ ਅਰਦਾਸ ਦੇ ਵਿੱਚ ਬੜੀ ਹੀ ਤਾਕਤ ਹੈ, ਸ਼ਕਤੀ ਹੈ। ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ, ਅਗਰ ਤੁਹਾਡੇ ਅੰਦਰ ਪਰਮਾਤਮਾ ਲਈ ਪਿਆਰ ਹੈ, ਸ਼ਰਧਾ ਹੈ, ਸੱਚੇ ਮਨ ਦੇ ਨਾਲ ਤੁਸੀਂ ਜੋ ਵੀ ਅਰਦਾਸ ਕਰਦੇ ਹੋ ਉਹ ਜ਼ਰੂਰ ਸੁਣੀ ਜਾਂਦੀ ਹੈ, ਤੇ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ। ਸਮੇਂ ਸਮੇਂ ਤੇ ਅਸੀਂ ਸੁਣਦੇ ਆਏਗੇ ਹਰਿਮੰਦਰ ਸਾਹਿਬ ਇਹ ਵਾਕਿਆ ਹੋਇਆ ਜਾਂ ਕਿਸ ਕਈ ਤਰ੍ਹਾਂ ਦੇ ਆਪਾਂ ਵਾਕਿਆ ਸੁਣਦੇ ਹਾਂ, ਤੇ ਕੁਛ ਲੋਕ ਯਕੀਨ ਕਰਦੇ ਆ, ਕੁਛ ਲੋਕ ਅੰਧ ਵਿਸ਼ਵਾਸ ਕਰਦੇ। ਅੰਧ ਵਿਸ਼ਵਾਸ ਨਹੀਂ ਹੈ, ਅੰਧ ਵਿਸ਼ਵਾਸ ਉਹ ਹੈ ਕਿ ਜੋ ਤੁਸੀਂ ਕਿਸੇ ਮਾੜੇ ਕਰਮ ਤੇ ਕਰਦੇ। ਪਰਮਾਤਮਾ ਦੇ ਉੱਪਰ ਕੋਈ ਅੰਧ ਵਿਸ਼ਵਾਸ ਵਾਲੀ ਗੱਲ ਨਹੀਂ ਹੈ, ਪਰਮਾਤਮਾ ਹੈ, ਉਸਦੀ ਹੋਂਦ ਦੇ ਨਾਲ ਹੀ ਸਾਡੀ ਹੋਂਦ ਹੈ, ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅਗਰ ਸੱਚੇ ਦਿਲੋਂ ਤੁਸੀਂ ਪਰਮਾਤਮਾ ਨੂੰ ਅਰਦਾਸ ਕਰਦੇ ਹੋ ਤੇ ਉਸ ਅਰਦਾਸ ਦੇ ਵਿੱਚ ਕਿਸੇ ਦਾ ਭਲਾ ਛੁਪਿਆ ਹੈ ਤਾਂ ਉਹ ਅਰਦਾਸ ਜ਼ਰੂਰ ਕਬੂਲ ਹੁੰਦੀ ਹੈ। ਸੋ ਇੱਕ ਇਹਨਾਂ ਦਾ ਵੀਰ ਜੀ ਦਾ ਸੌਂਗ ਵੀ ਚੱਲ ਰਿਹਾ, ਸੌਂਗ ਕਹਿ ਲਓ ਤਾਂ ਆਪਾਂ ਤਾਂ ਸ਼ਬਦ ਹੀ ਕਵਾਂਗੇ, ਲੰਗਰ ਤੇ ਬਹੁਤ ਪਾਪੂਲਰ ਹੋ ਰਿਹਾ, ਤੇ ਉਹਦੇ ਬਾਰੇ ਕੁਛ ਦੱਸੋਗੇ ਵੀਰ ਜੀ ਤੁਸੀਂ? ਮਤਲਬ ਧਾਰਮਿਕ ਹੈ ਇਸ ਕਰਕੇ ਸ਼ਬਦ ਆਮ ਕਹਿ ਦਿੰਦੇ ਆ, ਲੇਕਿਨ ਮੈਂ ਤਾਂ ਨਹੀਂ, ਸੌਂਗ ਕਹਿ ਲਓ, ਗੀਤ ਕਹਿ ਲਓ, ਕਵਿਤਾ ਕਹਿ ਲਓ, ਵੀ ਜਿਹੜੇ ਅੱਜ ਕੱਲ੍ਹ ਲੰਗਰ ਸਿੱਖਾਂ ਵੱਲੋਂ ਲੰਗਰ ਚੱਲ ਰਿਹਾ ਉਹਨਾਂ ਦੇ ਪ੍ਰਥਾਏ, ਮਾਲਕ ਦਾ ਉਹ ਟਾਸਲਾ ਲੈ ਕੇ ਕੁਝ ਦਿਨ ਪਹਿਲਾਂ ਮੈਂ ਲਿਖਿਆ ਸੀਗਾ, ਕਿਉਂਕਿ ਸਾਰੇ ਵਰਲਡ ਦੇ ਉੱਤੇ ਦੁਨੀਆਂ ਦੇ ਉੱਤੇ ਸਿੱਖਾਂ ਦੇ ਜਿਹੜੇ ਲੰਗਰ ਚੱਲ ਰਹੇ ਆ ਉਹਦੇ ਕਾਫੀ ਮਹਿਮਾ ਹੋ ਰਹੀ ਸੀ, ਕਿਉਂਕਿ ਮਹਿਮਾ ਕਿਉਂ ਨਾ ਹੋਵੇ, ਇਹ ਜਿਹੜੇ ਲੰਗਰ ਦੀ ਪ੍ਰਥਾ ਸਾਡੀ ਚੱਲੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਪਨ ਦੇ ਵਿੱਚ 20 ਰੁਪਈਆਂ ਦਾ ਜਿਹੜਾ ਉਹਨਾਂ ਦੇ ਪਿਤਾ ਕਾਲੂ ਜੀ ਨੇ ਦੇ ਕੇ ਤੁਰਿਆ ਸੀਗਾ ਸੱਚਾ ਸੌਦਾ ਕਰਿਆ, ਉਹਨਾਂ ਨੇ ਸੱਚਾ ਸੌਦਾ ਇਹ ਕੀਤਾ ਸੀਗਾ ਵੀ 20 ਰੁਪਈਆਂ ਦਾ ਰਾਸ਼ਨ ਪਾਣੀ ਲੈ ਕੇ ਤਿਆਰ ਕਰਕੇ ਤੇ ਉੱਥੇ ਚੂੜਕਿਆਣੇ ਦੀ ਮੰਡੀ ਦੇ ਵਿੱਚ ਸਾਧੂਆਂ ਨੂੰ ਸਿਖਾਤਾ ਸੀਗਾ, ਤੇ ਉਹਨੂੰ ਸੱਚਾ ਸੌਦਾ ਕਰਕੇ ਉਹ ਲੰਗਰ ਦੀ ਪ੍ਰਥਾ ਉੱਥੋਂ ਚੱਲੀ, ਉੱਥੋਂ ਲੰਗਰ ਦੀ ਪ੍ਰਥਾ ਚੱਲੀ ਤੇ ਫਿਰ ਉਹ ਜਿਹੜਾ ਲੰਗਰ ਇੰਨਾ 20 ਰੁਪਈਆਂ ਦਾ ਲੰਗਰ ਵੱਧ ਗਿਆ, ਅੱਜ ਤੱਕ 20 ਅਰਬਾਂ ਖਰਬਾਂ ਵੀ ਕਹਿ ਲਓ ਉਹਦੇ ਕਿੰਨੇ ਖਰਚੇ ਹੋ ਜਾਣ, ਸਿੱਖ ਪਰਵਾਹ ਨਹੀਂ ਕਰਦੇ ਇਹਨਾਂ ਚੀਜ਼ਾਂ ਦੀ, ਕਿਉਂਕਿ ਇਹ ਜਿਹੜਾ ਨਿਸ਼ਕਾਮ ਸੇਵਾ ਚੱਲ ਰਹੀ ਹੈ, ਨਿਰ ਇੱਛਤ ਸੇਵਾ ਜਿਹਨੂੰ ਕਹਿੰਦੇ ਆਪਾਂ, ਵੀ ਇੱਛਾ ਤੋਂ ਰਹਿਤ, ਕੋਈ ਇੱਛਾ ਨਹੀਂ ਹੁੰਦੀ ਵੀ ਸਾਡੀ ਵਿਆਹ ਕਮਾਨਾ ਪੂਰੀ ਹੋਊਗੀ ਤਾਂ ਅਸੀਂ ਸੇਵਾ ਕਰਾਂਗੇ, ਉਹ ਨਹੀਂ, ਨਿਰ ਨਿਸ਼ਕਾਮ ਤੇ ਨਿਰ ਇੱਛਤ ਸੇਵਾ ਹੋ ਰਹੀ ਹੈ ਸਾਰੇ ਸਿੱਖ ਪੰਥ ਵੱਲੋਂ, ਸਾਰੇ ਸਿੱਖਾਂ ਵੱਲੋਂ, ਸਿੱਖ ਭਾਈਚਾਰੇ ਵੱਲੋਂ, ਤੇ ਵੀ ਜਿਹੜਾ ਵਰਲਡ ਦੇ ਉੱਤੇ ਇਹ ਮੈਂ ਗੀਤ ਪੰਜ ਲਿਖਿਆ ਸੀਗਾ, ਇਹਦੇ ਜਿਹੜਾ ਟਾਈਟਲ ਰੱਖਿਆ ਸੀਗਾ ਲੰਗਰ ਵਰਤੇ ਸਾਰੇ, ਸਾਰੇ ਦਾ ਮਤਲਬ ਸਾਰੇ ਵਰਲਡ ਦੇ ਉੱਤੇ, ਦੁਨੀਆਂ ਦੇ ਉੱਤੇ, ਵਿਸ਼ਵ ਦੇ ਉੱਤੇ, ਇਹਦੀਆਂ ਪਹਿਲੀਆਂ ਪੰਕਤੀਆਂ ਸਥਾਈ ਦੀਆਂ ਸੀਗੀਆਂ ਕਿ ਅਮਰੀਕਾ, ਇਟਲੀ, ਹਿੰਦੁਸਤਾਨ, ਪੰਜਾਬ ਪਿਆਰੇ, ਲੰਗਰ ਵਰਤੇ ਸਾਰੇ, ਚੱਲਦੀ ਲੰਗਰ ਸੇਵਾ ਦੁਨੀਆਂ ਦੇ ਹਰ ਗੁਰਦੁਆਰੇ, ਲੰਗਰ ਵਰਤੇ ਸਾਰੇ, ਤੇ ਇਹਨੂੰ ਬਹੁਤ ਸਲਾਹਣਾ ਕੀਤਾ ਦੁਨੀਆਂ ਨੇ ਕਾਫੀ ਜ਼ਿਆਦਾ। ਹੁਣ ਮੇਰੇ ਸਿੰਘ ਇਜ ਕਿੰਗ ਚੈਨਲ ਹੈ ਮੇਰਾ ਯੂਟਿਊਬ, ਉਹਦੇ ਉੱਤੇ ਲੋਡ ਕੀਤਾ ਸੀਗਾ, 50,000 ਵਿਊ ਤੋਂ ਤੁਸੀਂ ਮੈਜਰ ਕਰ ਲਓ, ਆ 2-3 ਦਿਨ ਚ 50,000 ਵਿਊ ਤੋਂ ਕ੍ਰੋਸ ਕਰ ਗਿਆ ਇਹ ਗੀਤ, ਮਤਲਬ ਇਹਨਾਂ ਲੋਕਾਂ ਨੇ ਸੁਣਿਆ ਇਹ, ਤੇ ਇਹਦੇ ਸਿਰਫ ਬਸ ਲੰਗਰ ਦੀ ਪ੍ਰਥਾ ਦੇ ਵਾਸਤੇ, ਕਿਉਂਕਿ ਅਮਰੀਕਾ ਮੈਂ ਲਿਖਿਆ ਸੀਗਾ ਇਸ ਕਰਕੇ ਕਿ ਅਮਰੀਕਾ, ਇਟਲੀ, ਅਮਰੀਕਾ ਦੇ ਰਾਸ਼ਟਰਪਤੀ, ਤੁਸੀਂ ਅਮਰੀਕਾ ਚ ਬੈਠੇ ਹੋ ਸਾਰਾ ਕੁਝ, ਤੁਹਾਨੂੰ ਪਤਾ ਇਸ ਚੀਜ਼ ਦਾ, ਅਮਰੀਕਾ ਦੇ ਰਾਸ਼ਟਰਪਤੀ ਨੇ ਜਦੋਂ ਇਹ ਕੋਰੋਨਾ ਮਹਾਂਮਾਰੀ ਦਾ ਜ਼ਿਆਦਾ ਪ੍ਰਕੋਪ ਹੋਇਆ ਤੇ ਸਿੱਖ ਦੇ ਸਿੱਖਾਂ ਦੇ ਅਹੁਦੇਦਾਰਾਂ ਨੂੰ ਸਿੱਖ ਗੁਰੂ ਘਰ ਦੇ ਵਿੱਚ ਜਾ ਕੇ ਇਹਨਾਂ ਨੇ ਬੇਨਤੀ ਕੀਤੀ ਸੀ ਸਿੱਖਾਂ ਨੂੰ ਵੀ ਤੁਸੀਂ ਆਪਦੇ ਵੱਲੋਂ ਆਪਣੇ ਜਿਹੜਾ ਇਹ ਪ੍ਰਸ਼ਾਦਾ ਕਰੇ ਲੰਗਰ ਵਗੈਰਾ ਤਿਆਰ ਕਰਕੇ ਵੀ ਦੁਨੀਆਂ ਵਿੱਚ ਲੋੜਵੰਦਾਂ ਨੂੰ, ਭੁੱਖਿਆਂ ਨੂੰ ਵੰਡੋ, ਤੇ ਥੋੜੇ ਤੇ ਸਾਨੂੰ ਯਕੀਨ ਹੈ ਤੁਸੀਂ ਆਪਣੇ ਸ਼ਰਧਾ ਭਾਵਨਾ ਵਾਲੇ ਲੋਕ ਹੋ, ਇਹ ਰਾਸ਼ਟਰਪਤੀ ਦੇ ਬਿਆਨ ਨੇ ਉਹਨਾਂ ਵੇਲਾ ਚ। ਉਸ ਤੋਂ ਬਾਅਦ ਮੈਂ ਦੇਖਿਆ ਇੱਕ ਵੀਡੀਓ ਹੋਰ ਵੀ ਆਈ ਸੀਗੀ ਅਮਰੀਕਾ ਦੇ ਵਿੱਚ, ਸਾਰੀ ਜਿਹੜੀ ਉੱਥੋਂ ਦੀ ਪੁਲਿਸ ਕਹਿ ਲਓ, ਪੁਲਿਸ ਨੇ ਇੱਕ ਗੁਰਦੁਆਰਾ ਉੱਥੇ ਪਤਾ ਕਿੱਥੇ ਸਾਰੇ ਪ੍ਰਕਰਮਾ ਕਰਕੇ ਉਹਨਾਂ ਨੇ ਗੁਰਦੁਆਰੇ ਦਾ ਸਤਿਕਾਰ ਵੀ ਕੀਤਾ ਸੀਗਾ ਜਾ ਕੇ, ਤੇ ਇਹ ਇਸ ਕਰਕੇ ਮੈਂ ਨਾਂ ਲਿਖਿਆ ਸੀਗਾ ਕਿ ਅਮਰੀਕਾ, ਇਟਲੀ, ਹਿੰਦੁਸਤਾਨ, ਪੰਜਾਬ ਪਿਆਰੇ, ਲੰਗਰ ਵਰਤੇ ਸਾਰੇ। ਪਹਿਲਾ ਪਹਿਰਾ ਮੈਂ ਲਿਖ ਰਿਹਾ ਸੀਗਾ ਬਾਬੇ ਨਾਨਕ ਵੀਹਾਂ ਦੇ ਨਾਲ ਸੋਹਣੀ ਰੀਤ ਚਲਾਈ, ਕਹੇ ਕਨਈਆ ਇੱਕੋ ਹਿੰਦੂ ਮੁਸਲਿਮ ਸਿੱਖ ਈਸਾਈ,
माता की भी सेवा कर दी, माता की भी खडूर साहब उतो हाथ के हथी सेवा करते होंगे सके लंगर माता की भी सेवा कर दी हथी गुरु प्यारे लंगर विचकारे कोर्स बड़ा वधिया भैन जी नाले सिमरन करी चलो नाल दी नाल नाले सुनी चलो वाहे गुरु जी वाहे गुरु जी ये जिहड़ा गीत है गीत है ही बोल वधिया लिखे गए लंगर से सारे सिख पंथ नूं ये सन्मानित करने तौर पर मतलब जिवें कह लो एक उन्हां दे उस्तत करने वास्ते सिख पंथ दी ये बल दिल दे विच आए तो ये लिख के मैं गायन किया तो भी बेनती है कि सारे जिते भी अपने इन्हों प्रमोट किया जाए और होर भी जितने सुनने वाले है उन्होंने सारे बेनती करा कि यह गीत धार्मिक गीत है असं आज दूसरे लचर गीतों तो बहुत ज्यादा प्रमोट करने की कोशिश करते हैं जितना कुछ भी आ जाए लेकिन जरा गुरु के वास्ते गल की है सिख पंथ के वास्ते गल की है मैं आपके वास्ते नहीं की सारे सिख पंथ वास्ते की है क्योंकि सिख पंथ पूरी चढ़ती कला है गुरु गोबिंद सिंह का खालसा किसी नाल वैर ईरखा नहीं रखता सारे मैं गीत विच स्पैशल ये अपने जिक्र किया हो जो कहे कि नहीं है इको हिंदू मुस्लिम सिख ईसाई ही सारे भाई है भैणा वा कि साढ़े च कोई वंडिया नहीं है ना को वैरी नहीं बगाना सगल संघ हमको बनाई गुरबाणी के फरमान ने साडा सारे नाल त्यों पैर सारे साढ़े अपने ने इस करके सारे नाले सुनो नाले मैं तुहानू बेनती करदा तुसीं भी आपदे वल्लों उस उपर ध्यान दो बहुत ही सोहनी रचना है इन्होंने नाले सिमरन भी करो ते नाले शब्द भी सुनो बिलकुल बड़ी सोहनी गल कही इन्होंने बहुत सोहना परमात्मा तुम होर कलम होर बल बख्शे ते होर शब्द इस तरह की तुसी रचनावां लिखो ते होर शब्द सानू सुनन नूं मिलन बहुत सोहना इन्हां दा हैगा ते बाकी रही लंगर दी गल तां वाकई इन्हां दे बहुत वधिया वधिया वड़ के नहीं अमरीका की इटली की आई मीन की साढ़े इत्थे दी देखो गवर्नमेंट ने भी स्पैशली गुरुद्वारा विच जाके रिक्वेस्ट की हैल्प ले लंगर की ते साढ़े लई प्राउड वाली गल है सिक्खी दे लई प्राउड वाली गल है कि इतों की जी गवर्नमेंट है उन्हें इस सू इस लायक समझे कि असं सेवा करते हैं तो कर सकते हाँ तो सेवा निभा सकते हाँ तो सो कोई शक नहीं है विश्व के हर कोने विच हर कंट्री दे विच साढ़े वीर भैन जिहड़े हैगे ने वह अपनी सेवा निभा रहे ने ते कोई धर्म का कोई मजहब का कोई बंधन नहीं है सिखी अनुसार सारे ही धर्म साझे हैं ना सिख हिंदू मुस्लिम ईसाई कोई किसी किस्म का भेदभाव नहीं है तो सारे अगे रिक्वेस्ट है कि शब्द जरूर सुनो ते परिवार नूं भी सुनवाओ ते अपनी सिखी ते प्राउड फील करो दूसरी गल ये कि जिस तरह इन्होंने अपना अनुभव साझा किया अरदास विच वाकई बहुत ही ताकत है मैं भी इस गल तो एग्री हाँ तो तुसी भी जरूर एग्री होवोगे सो नाले नाल मैं कहती कि अगर तुहाडे नाल भी इस तरह का कोई वाकया गुजरिया है तुहानूं लगे कि वह एक मेरेकल है जादू है जां कोई इस तरह का अनहोनी चीज जिन्हों तुसी बिलीव नहीं कर सकते कि ये हो गई ये नहीं होंगी कभी तो मैनू ये होने का एक अंदाजा हो गया सी पहला मैनू एक हिंट मिल गया सी ते मैं बच सकदा सी सकदी सी ते नहीं मैं सचेत रहा जां इस तरह का मेरिकल चमत्कार जादू किसी किस्म का तुहानू लगता है कि होया तो अंधविश्वास नहीं जस्ट तुसी अपना अनुभव साझा करना साडे नाल इहदे विच कोई अंधविश्वास वाली गल नहीं होंदी सो साडे नाल जरूर साझा करो सानू वट्सएप ते वॉइस जां टैक्सट मैसेज करो ते असी सानू लगेगा कि वाकई ही ओ एक डिफरेंट थिंग जो तुहाडे नाल होया है और डिफरेंट है आम नॉर्मल लाइफ दे विच इदां नहीं हुंदा ते आपां जरूर तुहाडे नाल कॉन्टैक्ट करांगे ते अपने ने टॉक शो दे विच तुहानू इनवाइट करांगे सो सारे दा धन्नवाद बहुत बहुत ते वीर जी तुहाडा बहुत बहुत धन्नवाद बहुत सोहनी रचना है तुहाडी वाहेगुरु तुहानू होर तरक्की देवे ते तुहाडा अनुभव भी जो तुसीं साझा कीता बहुत ही कीमती है ते अरदास करदे हां कि परमात्मा सारे नूं वाहेगुरु नाल प्यार करन दा बल बख्शे ते वाहेगुरु दे प्रति श्रद्धा भावना रखन दा बल बख्शे क्योंकि वाहेगुरु दे हुक्म तो बगैर असी उहदा जाप भी नहीं कर सकते सब कुछ वाहेगुरु दी ही मेहर है उहदे नाल ही सब कुछ है सो धन्नवाद सारिआं दा इस वक्त सब नूं सति श्री अकाल जी जल्दी मिलांगे नवीं सीरीज दे नाल ते एक बहुत ही मिरेकल सीरीज है नैक्सट वाली वेट करना जरूर आई होप कि सारे नूं वो भी बहुत पसंद आएगी थैंक यू सो मच